ओए ब्लर हो गया, क्यों हो गया जनू? हां जी सर, सारिया नु इकट्ठे बोले फिर ब्लॉग ब्लर हो रहा है। हां जी सारिया नु स्वागत है तुहाडा तो अपने के नवे ब्लॉग च। ते आपां रेडी नहीं हो चुके, मतलब रेडी थोड़ा जा हो चुके, काली वाले रेडी, काली काली जी रेडी हो चुके हैं। और की कर रहे हैं प्रीते? तैयार हो रही हां भाई, बिकॉज़ आज मेरे नाना नानी मामा जी होने आ रहे ने, ते इन्ना काम कर करके ना मैनू खुद ले भी रेडी होने का टाइम नहीं मिल रहा सी, बट हुण मैं पूरे पूरे टाइम दा फटाफट रेडी हुआ। ओके यस। क्या कर रहे हो आप? टैटू केयर। टैटू केयर तुराली सी, थोड़ी सी मर्च कर लियो। तुराली सी मैं टाइम नहीं लग गया जते ला, फिर बस उधर हाथ बांध ही लानी है मेरी। गर्दन में दिखता नहीं होता कि किवें किथे लग रही है कि नहीं लग रही, ता थोड़ा औखा होता है। पहले इन डबल वॉश करना है, फिर आ लानी है, बस दैट्स इट। सारे दिन दो बार लानी है, बस वॉश एक बार करना है। तो टाइम दस भुल गए पिछले क्लिप चाहना, 11:15 हो गए। तो नाना नानी आते होने, मम्मी मामा ते नाना नानी है ना आ रहे होने, वो नियर अबाउट 11 बजे पहुंच जाएंगे, 11:15 हो गए मेरे हिसाब नाल। चलो जो जिमें आते हैं बुलाने, ਜਿਵੇਂ ਆਉਂਦੇ ਨੇ ਤੁਹਾਨੂੰ ਬੁਲਾਉਣੇ ਆ, ਠੀਕ ਆ। ਬਾਕੀ ਕੱਲ ਨੈੱਟ ਬੰਦ ਸੀਗਾ ਤਾਂ ਵਲੌਗ ਨਹੀਂ ਆਇਆ ਆਪਣਾ, ਇਹ ਵਲੌਗ ਲੇਟ ਆਊਗਾ ਵੈਸੇ ਕਾਫੀ। ਚਲੋ ਚਲੀਏ। ਹਾਂਜੀ ਹਾਂਜੀ, ਕਿੰਨੇ ਕੁ ਖੁਸ਼ ਹੋ? ਬਹੁਤ ਜ਼ਿਆਦਾ, ਉਹ ਖੁਸ਼ੀ ਸਮਝ ਨਹੀਂ ਜਾਂਦੀ, ਦਿਖ ਰਿਹਾ ਤਾਂ ਫੇਸ ਤੋਂ। ਹੋਰ ਨਾਨਾ ਜੀ ਤੁਸੀਂ ਠੀਕ ਹੋ? ये क्या है? ਕਿਹੜੇ ਬਣਾ ਲਈ ਪਹਿਲਾਂ? ਦੇਖਾ ਕਿਹੜਾ ਬਣਾਉਂਗਾ? ਕਿਹੜੇ? ਆਹ ਸਮਾਈਲੀ ਵਾਲੇ, ਸਮਾਈਲੀ ਵਾਲੇ, ਸਮਾਈਲੀ ਵਾਲੇ ਵੀ ਬਣਾਏਗੇ ਹੁਣ, ਸਮਾਈਲੀ ਵੀ ਬਣਾਏਗੇ, ਦੂਸਰੇ ਵੀ ਬਣਾਏਗੇ, ਸਾਡਾ ਹੀ ਹੁੰਦੇ ਆ, ਹੁਣ ਕਿਵੇਂ ਬੜੇ ਪਾਏਗੇ। ਖੁਸ਼ ਆ ਗੁੜੀ, ਖਿੜੀ ਫਿਰਦੀ ਆ, ਖਿੜੀ ਫਿਰਦੀ ਆ ਬੜੀ ਖਿੜੀ। ਯੈਸ ਯੈਸ, ਚਲੋ ਮੈਂ ਪੱਖਾ ਲਾ 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 बिल्कुल श्योर, व्हाई नॉट व्हाई नॉट। मैं पानी पीला यार, पीला पानी, पानी पूछ के पीना पैंदा। ये शक्ल तेरी वर्गी स्माइली ना? कम ते लगा काका अज, ये बना लो, वो बना लो, ये ले आओ, वो ले आओ, जाके जो जी आ कुर्सी रख के आओ, जो जी आ मेज रख के आओ, जो जी टीवी लाओ, जो जी आ चादर सेट करो, जो जी है आ गई दी है के जो जी दी बड़े कप च, पापा दी है, जो जी दी है सबसे बड़े कप च, मेरी है हां, सच्ची सच्ची मेरी है, गलत कर रहे हैं पापा दी है ना, पता नहीं मैं तो बोल दी थी। मम्मी चाय फड़ो, क्यों थोड़ी है ए डग आपको? मम्मी हले पलटे हो ना, मम्मी दे दे और मम्मी बढ़िया बढ़िया है, बढ़िया। तुम तुसी दसो एक मिनट यार की बंद हो जाना, कर तो तुसी दसो मेरा टैटू डार्क हो गया कि मैं लगता है आ डार्क हो गया अगे, हां हैं सच्ची हो गया?
ਗੂੜਾ ਹੋ ਗਿਆ ਸੱਚੀ ਦੱਸੋ ਐਵੇਂ ਨਹੀਂ ਵੀ ਹਾਂ ਕਹਿਤਾ ਵੀ ਹਾਂ ਸੱਚੀ ਹੋ ਗਿਆ ਗੂੜਾ ਹੋ ਗਿਆ ਪੱਕਾ ਕਿਉਂਕਿ ਅੱਜ 13ਵਾਂ ਦਿਨ ਹੈ ਇਹ 25ਵੇਂ ਦਿਨ ਡਾਰਕ ਹੋਊਗਾ ਹੋਰ ਬਾਕੀ ਸਾਰੇ ਅੰਦਰ ਨੇ ਉਰੋਂ ਚਲੇ ਗਏ ਅੰਦਰ ਚਲੇ ਗਏ ਅਤੇ ਚਲੋ ਮਿਲਾਉਂਦੇ ਹਾਂ ਇੱਕ ਵਾਰੀ ਚਲ ਕੀ ਲੈ ਕੇ ਆ ਰਹੇ ਨੇ ਹਾਂਜੀ ਹਾਂਜੀ ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਪਰ ਕਿਸੇ ਦਾ ਦੁਖਾਇਓ ਨਾ ਹਾਂਜੀ ਯੈਸ ਯੈਸ ਬਸ ਓਕੇ ਟੇਕ ਫੋਨ ਆਈ ਐਮ ਬਿਜ਼ੀ ਬਿਕੋਜ਼ ਦੈਟਸ ਵਾਈ ਕੀ ਦੈਟਸ ਵਾਈ ਦੈਟਸ ਵਾਈ ਆਈ ਐਮ ਬਿਜ਼ੀ ਦੱਸਦਾ ਸੀ ਕਿਉਂ ਬਿਜ਼ੀ ਸਾਰੇ ਰਾਹ ਪਹੁੰਚਣ ਤੱਕ ਤੇ ਇਹ ਕਹਿੰਦੇ ਜੇ ਤੈਨੂੰ ਨੀਂਦ ਆ ਰਹੀ ਹੈ ਤੂੰ ਸੋਦਾ ਮੈਂ ਨਹੀਂ ਮੈਂ ਖੋਲ ਕੇ ਸੋ ਰਹੀ ਹਾਂ ਅੱਖ ਖੋਲ ਕੇ ਨੀਂਦ ਆ ਰਹੀ ਹੈ ਮੈਂ ਮੈਨੂੰ ਅੱਖਾਂ ਖੋਲ ਲੀਆਂ ਵੀ ਅੱਖਾਂ ਐਂ ਲੱਗਣ ਜਿਵੇਂ ਬੰਦ ਨੇ ਬਸ ਮੈਂ ਇੱਕ ਟਿੱਕਾ ਐਂ ਲਾਈ ਹੋਈ ਇਹ ਮੈਨੂੰ ਬਾਰ ਬਾਰ ਕਹੀ ਜਾਣ ਕਹਿੰਦੇ ਤੂੰ ਜ਼ਿਆਦਾ ਨੀਂਦ ਆ ਰਹੀ ਹੈ ਤੂੰ ਸੋਜਾ ਤੂੰ ਸੋਜਾ ਮੈਂ ਕਿਹਾ ਨਹੀਂ ਸਾਰੇ ਸੁਣ ਰਹੇ ਸਾਰੇ ਦੇਖ ਰਹੇ ਡਾਲੀ ਮਾਸੀ ਵੀ ਏਦਾਂ ਕਰਦੀ ਆ ਉਹ ਵੀ ਆਪਣਾ ਅਸੀਂ ਗੱਲਾਂ ਕਰਦੇ ਹਾਂ ਉਹ ਵਿੱਚ ਦੀ ਅੱਗੇ ਸੌਂ ਵੀ ਆਉਂਦੀ ਆ ਮਾਸੀ ਸੌਂ ਕੇ ਫਿਰ ਮੈਂ ਕਹੂੰਗੀ ਡਾਲੀ ਤੂੰ ਤਾਂ ਸੌਂ ਗਈ ਸੀ ਰਾਵੇ ਮਾਸੀ ਮੈਂ ਤਾਂ ਸਾਰੀਆਂ ਗੱਲਾਂ ਆਂਟੀ ਸਾਰੀਆਂ ਯਾਦ ਆ ਸੌਂ ਨਹੀਂ ਜਾਂਦਾ ਮੈਂ ਤਾਂ ਨਾ ਉਹ ਬੈਠਾ ਬੈਠਾ ਖਿਆਲਾਂ 'ਚ ਉਹਨਾਂ ਖੋ ਜਾਂਦਾ ਆ ਉਹ ਗੱਲ ਚੱਲਦੀ ਹੁੰਦੀ ਆ ਪਰ ਉਹਦੀ ਸੁਰਤ ਕਿਤੇ ਹੋਰ ਹੁੰਦੀ ਆ ਉਹ ਫਿਰ ਅੱਗੇ ਸੁਰਤ ਆ ਜਾਂਦੀ ਆ ਜਦੋਂ ਗੱਲ ਕਰਦੇ ਇਹ ਨਵੇਂ ਤਰ੍ਹਾਂ ਦੀ ਰੋਟੀਆਂ ਨੇ ਯੈਸ ਇਸਕੋ ਕੀ ਕਹਤੇ ਹੈ ਇਸਕੋ ਪਾਪੜ ਕਹਤੇ ਹੈ ਚਿੰਤਾ ਚਾਹੀਦਾ ਮੰਮਾ ਮੈਨੂੰ ਦੇ ਦੇ ਘਰ ਵੀ ਸੋਹਣਾ ਤੇ ਬਾਰ ਵੀ ਸੋਹਣਾ ਕਿਉਂ ਨੀ ਵਧੀਆ ਲੱਗੂਗਾ ਸਹੀ ਗੱਲ ਜੀ ਸਹੀ ਗੱਲ ਜੀ ਹਾਂਜੀ ਮਾਮਾ ਜੀ ਕਿੱਦਾਂ ਤੁਸੀਂ ਦੱਸੋ ਕਿਵੇਂ ਹੋ ਮੈਂ ਵਧੀਆ ਫਸਟ ਕਲਾਸ ਕਿਵੇਂ ਲੱਗਿਆ ਆ ਕੇ ਬਹੁਤ ਵਧੀਆ ਜਾਣ ਦਿਲ ਤਾਂ ਕਰਦਾ ਨਹੀਂ ਪਰ ਜਾਣਾ ਪੈਣਾ ਹੁਣ ਰਹਿ ਲਓ ਫਿਰ ਆ ਜਾਓ ਮੈਂ ਤਾਂ ਕਹਿ ਹੀ ਰਹੀ ਆ ਮੈਂ ਕਿਹਾ ਰਹਿ ਲਓ ਨਾ ਜਾਓ ਮੇਰੀ ਚਾਹ ਛੁੱਟੀ ਨਾ ਮਿਲਦੀ ਹਾਂਜੀ ਚਲੋ ਕੋਈ ਨਾ ਫਿਰ ਕਿਸੇ ਦਿਨ ਆਇਆ ਰਹਿ ਕੇ ਜਾਇਓ ਮੇਰੇ ਕੋਲੇ ਠੀਕ ਆ ਨਾਨੀ ਹੁਣ ਅਗਲੀ ਵਾਰ ਆਉਂਗਾ ਨਾ ਰਹਿ ਕੇ ਜਾਇਓ ਠੀਕ ਆ ਮੇਰੇ ਕੋਲੇ ਠੀਕ ਹੋਰ ਹੋਰ ਜੀ ਸਿਰਫ ਚਾਹ ਹੀ ਸਵਾਦ ਹੈ ਥੈਂਕ ਯੂ ਚਾਹ ਪੀਤੀ ਹੋਈ ਬਹੁਤ ਵਧੀਆ ਸੀ ਹੁਣ ਮਿਲੇ ਵੀ ਬਹੁਤ ਵਧੀਆ ਆ ਥੈਂਕ ਯੂ ਸੋ ਮਚ ਤੁਸੀਂ ਸਾਰਾ ਪਰਿਵਾਰ ਬਹੁਤ ਵਧੀਆ ਸਾਰੀ ਫੈਮਿਲੀ ਬਹੁਤ ਵਧੀਆ ਥੈਂਕ ਯੂ ਚਾਹ ਮਤਲਬ ਮੰਮੀ ਨੇ ਜੋ ਬਣਾਇਆ ਤੁਝੇ ਲੱਗਿਆ ਹਾਂ ਸਹੀ ਗੱਲ ਹੈ ਪ੍ਰੀਤ ਨੇ ਕੁਝ ਨਹੀਂ ਬਣਾਇਆ ਹੋਰ ਸਹੀ ਬਾਤ ਹੈ ਹੋਰ ਮੰਮਾ ਆਪਕੇ ਖਾਣੇ ਕੀ ਤਰੀਫ ਹੋ ਰਹੀ ਹੈ ਕੈਸਾ ਲੱਗ ਰਿਹਾ ਆਪਕੋ ਮੈਂ ਤਾਂ ਰੋਟੀ ਬਣਾਈ ਕੱਲੀ ਖਾਣਾ ਤਾਂ ਨਹੀਂ ਬਣਾਇਆ ਬਾਕੀ ਨਹੀਂ ਖਾਈ ਤਾਂ ਰੋਟੀ ਜਾਂਦੀ ਹੈ ਖਾਈ ਤਾਂ ਰੋਟੀ ਜਾਂਦੀ ਹੈ ਗੰਦੀ ਰੋਟੀ ਤਾਂ ਕੀ ਬਣਾਈ ਦਾ ਰੋਟੀ ਤਾਂ ਉਹ ਸਿੰਪਲ ਬਣਾਈ ਨਹੀਂ ਰੋਟੀ ਤਾਂ ਕਿਹੜਾ ਨੂੰ ਮਿਰਚ ਪਾਈ ਗੋਲ ਰੋਟੀ ਹੁੰਦੀ ਹੈ ਰੋਟੀ 'ਚ ਸਾਰੀ ਚੀਜ਼ਾਂ 'ਚ ਹੁੰਦਾ ਪਿਆਰ ਹੈ ਮੰਮੀ ਪਿਆਰ ਨਾਲ ਚੀਜ਼ ਹੋ ਜਾਂਦੀ ਆ ਵਧੀਆ ਲੂਣ ਮਿਰਚ ਰਹਿਣ ਦਿੰਦੇ ਆਪਾਂ ਤੁਸੀਂ ਕੱਲਾ ਪਿਆਰ ਪਾ ਕੇ ਸਾਰ ਦਿੰਦੇ ਆ ਹੈ ਹੋਰ ਕੁਛ ਕਹਿਣਾ ਹੋਵੇ ਹੁਣ ਮੈਨੂੰ ਉਹ ਹੋ ਰਿਹਾ ਪਤਾ ਹੁਣ ਪਹਿਲਾਂ ਮੈਨੂੰ ਖੁਸ਼ੀ ਸੀ ਸਵੇਰੇ ਉਹ ਸਾਈਡ ਦਾ ਜਾਣਾ ਕਰਕੇ ਚੱਲ ਕੋਈ ਨਹੀਂ ਹੁਣ ਸਾਈਡ ਹੋ ਰਿਹਾ ਜਾਵਾਂਗੇ ਫੇਰ ਆ ਜਾਵਾਂਗੇ ਹਨਾ ਵੀ
ਸਾਈਡ ਨਾਲ ਆਪਾਂ ਰੱਖ ਹੀ ਲੈਣੇ ਨਾ ਉਹਨੇ ਬਸਾਂ ਦਾ ਬੰਦ ਨੇ ਰਾਤੀ ਦੇਖਿਆ ਸੀ ਮੈਂ ਦੀਪ ਦਾ ਦੀਪ ਦੇ ਗਾਣੇ ਦਾ ਸ਼ੂਟ ਸੀ ਰਾਤੀ ਉਹਦਾ ਗਾਣਾ ਆ ਜਾਏਗਾ 10 ਵਜੇ ਦਾ ਆ ਜਾਏਗਾ ਤੇ ਉਹਨੂੰ ਦੇਖਿਆ ਸੀ ਮੈਂ ਪਤਾ ਸ਼ੋਰ ਕਿਉਂ ਆ ਕੱਲ ਸਵੇਰੇ ਭਰੀ ਸੀ ਮੈਂ ਹਵਾ ਮੇਰੇ ਕੋਲ ਨਾ ਪੰਪ ਪਿਆ ਇਲੈਕਟ੍ਰੋਨਿਕ ਵਾਲਾ ਸਵੇਰੇ ਭਰੀ ਕੱਲ ਦੁਪਹਿਰੇ ਫਿਰ ਨਿਕਲ ਗਈ ਕਿਉਂਕਿ ਕੱਲ ਦੀਪ ਦੇ ਗਾਣੇ ਦੇ ਸ਼ੂਟ 'ਤੇ ਗਏ ਸੀਗੇ ਰਾਤੀ ਮੈਂ ਫਿਰ ਭਰ ਕੇ ਆਇਆ ਢਾਬੇ ਤੋਂ ਜਿੱਥੇ ਮੈਂ ਰੋਟੀ ਖਾ ਕੇ ਆਇਆ ਹੈ ਨਾ ਉੱਥੋਂ ਫਿਰ ਭਰ ਕੇ ਆਇਆ ਫਿਰ ਨਿਕਲ ਗਈ ਕੀ ਕਰੀਏ ਪੈਂਚਰ ਹੀ ਆ ਨਾ ਫਿਰ ਬੰਦਾ ਤਾਂ ਹੈ ਨਹੀਂ ਵੀ ਆਪਾਂ ਹਵਾ ਕੱਢਤੀ ਆਪੇ ਨਿਕਲੀ ਹੈ ਨਾ ਚੱਲੀ ਆ ਜਾਓ ਨੈਕਸਟ ਗੋ ਚੱਲ ਗਏ ਜੋ ਬਚ ਗਿਆ ਸੀ ਖਾਣ ਲੱਗਿਆ ਡੱਬਾ ਜੋ ਸਾਰਾ ਹੀ ਪਿਆ ਯਾਰ ਲੈ ਸਾਰਾ ਹੀ ਪਿਆ ਆ ਤਾਂ ਮੇਰਾ ਵੈਸੇ ਚਲੋ ਠੀਕ ਆ ਮਿਲਦੇ ਹਾਂ